ਹਲਕਾ ਇੰਚਾਰਜ ਨਵਾਂਸ਼ਹਿਰ ਲਲਿਤ ਮੋਹਨ ਪਾਠਕ ਬੱਲੂ ਦੀ ਅਗਵਾਈ ਵਿੱਚ ਡਾਕਟਰ ਕਮਲ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਤੇ ਡਾਕਟਰ ਕਮਲ ਨੇ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪਾਰਟੀ ਦਾ ਪੱਲਾ ਫੜਿਆ ਹੈ ਅਤੇ ਇਸ ਮੌਕੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਨੇ ਕਿਹਾ ਕਿ ਪਾਰਟੀ ਵਿੱਚ ਆਉਣ ਦਾ ਇਹਨਾਂ ਦਾ ਪੂਰਾ ਸਵਾਗਤ ਕਰਦੇ ਹੈ ਅਤੇ ਪਾਰਟੀ ਇਹਨਾਂ ਦਾ ਪੂਰਾ ਮਾਣ ਸਤਿਕਾਰ ਕਰੇਗੀ। ਤੁਸੀਂ ਦੇਖ ਰਹੇ ਹੋ ਨਵਾਂਸ਼ਹਿਰ ਦੁਆਬਾ ਯੂਟਿਊਬ ਚੈਨਲ 'ਤੇ ਇਹ ਵਿਸ਼ੇਸ਼ ਰਿਪੋਰਟ। ਨਵਾਂਸ਼ਹਿਰ ਦੁਆਬਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ, ਹਰ ਰਿਪੋਰਟ, ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ। ਸ਼ਾਮਲ ਤਾਂ ਹੋ ਗਿਆ ਜੀ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਮੈਂ ਪ੍ਰਭਾਵਿਤ ਹੋਇਆ ਸਰਦਾਰ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਉਹਨਾਂ ਦੀਆਂ ਨੀਤੀਆਂ, ਕਿਉਂਕਿ ਸਭ ਤੋਂ ਵੱਡੀ ਨੀਤੀ ਜੋ ਮੈਨੂੰ ਮੇਰੀ ਆਪਣੀ ਜੋ ਮੇਰੀ ਸੋਚ ਹੈ, ਕਿਉਂਕਿ ਗਰੀਬ ਆਦਮੀਆਂ ਲਈ ਇੱਕ ਉਸ ਪਰਿਵਾਰਾਂ ਦੇ ਲਈ ਮੈਂ ਅੱਜ ਤੱਕ ਲੜਦਾ ਆਇਆ, ਸਾਰੀ ਰਾਜਨੀਤੀ ਗਰੀਬ ਪਰਿਵਾਰਾਂ ਲਈ ਕੀਤੀ ਹੈ। ਉਹਦੇ ਲਈ ਸਭ ਤੋਂ ਵੱਡੀ ਜੇ ਕਿਸੇ ਨੇ ਗਰੀਬੀ 'ਚੋਂ ਨਿਕਲਣਾ, ਤਰੱਕੀ ਕਰਨੀ ਹੈ ਤਾਂ ਐਜੂਕੇਸ਼ਨ ਜਿਹੜੀ ਬਹੁਤ ਵੱਡਾ ਮੁੱਦਾ ਆ। ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ ਕਿ ਬਹੁਤ ਵੱਡਾ ਬਜਟ ਦਾ ਇੱਕ ਹਿੱਸਾ ਜਿਹੜਾ ਇਹਨਾਂ ਨੇ ਸਿੱਖਿਆ ਦੇ ਖੇਤਰ 'ਤੇ ਲਾਇਆ ਜਿਹੜਾ ਆ, ਉਹਦੇ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ। ਆਉਣ ਵਾਲੇ ਸਮੇਂ 'ਚ ਤੁਹਾਡੇ ਹੋਰ ਸਾਥੀ ਵੀ ਸ਼ਾਮਿਲ ਹੋ ਸਕਦੇ? ਬਿਲਕੁਲ ਹੋ ਸਕਦੇ, ਕਾਫੀ, ਕਿਉਂਕਿ ਕਾਫੀਆਂ ਨੇ ਤਾਂ ਲਗਭਗ ਗੱਲ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ, ਹੋ ਹੀ ਚੁੱਕੀ ਆ ਕਿ ਆਉਣ ਵਾਲੇ ਸਮੇਂ 'ਚ ਵਧੀਆ ਰਿਜ਼ਲਟ ਮਿਲ ਗਏ। ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਜਿਹੜਾ ਅੱਜ ਇਹਨਾਂ ਨੇ ਜੁਆਇਨ ਕੀਤਾ ਅਤੇ ਦੂਸਰੇ ਸਾਥੀ ਵੀ ਇਹਨਾਂ ਨੂੰ ਦੇਖ ਕੇ ਜੁਆਇਨ ਕਰਨਗੇ, ਕਿਉਂਕਿ ਦੂਸਰੀਆਂ ਪਾਰਟੀਆਂ ਦੇ ਵਿੱਚ ਬਚਿਆ ਹੀ ਕੁਛ ਨਹੀਂ। ਆਮ ਆਦਮੀ ਪਾਰਟੀ ਦੀ ਜਿਹੜੀ ਪਾਲਿਸੀ ਆ, ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਆ, ਇਹ ਲੋਕ ਹੁਣ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਇਹ ਲੱਗਣ ਲੱਗ ਗਿਆ ਕਿ ਸਾਡੀ ਆਪਣੀ ਸਰਕਾਰ ਆ। ਜਦੋਂ ਆਪਣਾ ਲੱਗਣ ਲੱਗ ਜਾਏ ਤਾਂ ਫਿਰ ਤਾਂ ਤੁਹਾਨੂੰ ਪਤਾ ਹੀ ਆ, ਇੱਕ ਇਮਾਨਦਾਰ ਬੰਦੇ ਦਾ ਪੰਜਾਬ ਦੇ ਵਿੱਚ ਅੱਗੇ ਹੋਣਾ, ਅਗਵਾਈ ਕਰਨੀ ਪੰਜਾਬ ਦੀ, ਅਤੇ ਇੱਕ ਵਧੀਆ ਸੋਚ ਦਾ ਮਾਲਕ ਹੋਣਾ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ, ਜਿਹੜਾ ਪੰਜਾਬ ਲਈ ਇੱਕ ਉਹਨਾਂ ਨੇ ਬੀੜਾ ਚੱਕਿਆ ਸੀਗਾ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਦਾ, ਭਗਵੰਤ ਮਾਨ ਜੀ ਉਹ ਆਪਣੇ ਜਿਹੜੀ ਪੂਰਾ ਕਰ ਰਹੇ ਆ ਪੰਜਾਬ ਦੇ ਲੋਕਾਂ ਦੇ ਨਾਲ, ਜੋ ਵੀ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਆ ਉਹ ਹੌਲੀ ਹੌਲੀ ਪੂਰੇ ਹੋਣੇ ਸ਼ੁਰੂ ਹੋ ਗਏ ਆ। 5 ਸਾਲਾਂ ਦੇ ਵਿੱਚ ਓਪੋਜੀਸ਼ਨ ਰਹਿਣੀ ਨਹੀਂ ਕੋਈ ਵੀ, ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨਾ, ਕਾਂਗਰਸ ਅਕਾਲੀ ਸਭ ਖਤਮ ਕਰ ਦੇਣੇ ਆ, ਸਿਰਫ ਆਮ ਆਦਮੀ ਪਾਰਟੀ ਰਹਿ ਜਾਣੀ ਆ ਅਤੇ ਆਮ ਲੋਕਾਂ ਦੀ ਸਰਕਾਰ ਰਹਿ ਜਾਣੀ ਆ ਪੰਜਾਬ 'ਚ। ਬੱਲੂ ਜੀ, ਤੁਸੀਂ ਜਿਹੜਾ ਕਹਿੰਦੇ ਪਲੈਨਰ ਪੱਟ ਲਿਆ, ਹੁਣ ਇਹ ਜ਼ਿੰਮੇਵਾਰੀ ਮੈਂ ਇਹਨੂੰ ਕਹਿੰਦਾ ਵੀ ਕਰਦੇ ਕੰਮ, ਰਲ ਮਿਲ ਕੇ ਕਰਾਂਗੇ ਸ਼ਹਿਰ ਦੀ ਬਿਹਤਰੀ ਲਈ, ਇਲਾਕੇ ਦੀ ਬਿਹਤਰੀ ਲਈ ਵਧੀਆ ਕੰਮ ਕਰਾਂਗੇ, ਕਿਉਂਕਿ ਤੁਹਾਨੂੰ ਪਤਾ ਕਿ ਨਵਾਂਸ਼ਹਿਰ ਨਗਰ ਕੌਂਸਲ ਦੀ ਪ੍ਰਧਾਨਗੀ 10 ਸਾਲ ਕੀਤੀ ਆ ਔਰ ਸ਼ਹਿਰ ਦੀ ਡਿਵੈਲਪਮੈਂਟ ਐਨ ਠੋਕ ਵਜਾ ਕੇ ਕੀਤੀ ਆ। ਮੈਂ ਵੀ ਉਦੋਂ ਓਪੋਜੀਸ਼ਨ ਦੀਆਂ ਸਰਕਾਰਾਂ 'ਚ ਕੀਤੀ ਆ ਜਾਂ ਅਕਾਲੀ ਬੀਜੇਪੀ ਦੀਆਂ ਸਰਕਾਰਾਂ ਵੇਲੇ ਪ੍ਰਧਾਨਗੀਆਂ ਕੀਤੀਆਂ, ਲੇਕਿਨ ਸ਼ਹਿਰ ਨੂੰ ਤਰਜੀਹ ਦਿੱਤੀ ਆ। ਸਰਕਾਰਾਂ ਕੁਛ ਨਹੀਂ ਕਰਦੀਆਂ, ਸਰਕਾਰਾਂ ਕਹਿੰਦੀਆਂ ਕੰਮ ਕਰੋ। ਉਸ ਟਾਈਮ ਮੇਰੇ 'ਤੇ ਵੀ ਆਇਆ ਸੀ ਟਾਈਮ, ਮੈਂ 3 ਅਕਾਲੀ 2 ਸਾਲ ਹੋਏ ਸੀ ਬਣੇ ਨੂੰ, ਅਕਾਲੀ ਭਾਜਪਾ ਸਰਕਾਰ ਆ ਗਈ ਸੀ, ਲੇਕਿਨ ਉਹਨਾਂ ਉਹ ਵੀ ਕੀ ਕਰ ਸਕਦੇ, ਅਸੀਂ ਇਹ ਕੰਮ ਕਰੀਏ, ਉਹਨਾਂ ਨੂੰ ਉਹਨਾਂ ਦੇ ਵੀ ਕੰਮ ਸੁਣੀਦੇ ਸੀ, ਆਪਣੇ ਵੀ ਵਾਰਡਾਂ ਦੇ ਸੁਣੀਦੇ ਸੀ, ਸਾਰਿਆਂ ਦੇ ਰਲ ਕੇ ਕੰਮ ਕਰੀਦੇ ਸੀ। ਇੱਥੇ 2 ਸਾਲ ਤੋਂ ਬੰਦ ਪਈ ਆ ਕੰਮ, ਅਤੇ ਸੋਚ ਪੈਂਦੀ ਆ, ਮਤਲਬ ਫਿਰ ਉਹਦੇ ਲਈ ਆਪਾਂ ਨੂੰ ਸ਼ਹਿਰ ਦੇ ਲਈ, ਇਲਾਕੇ ਦੀ ਬਿਹਤਰੀ ਲਈ ਆਪਾਂ ਜੋ ਵਧੀਆ ਹੋ ਸਕਿਆ ਕਰਾਂਗੇ ਔਰ ਸਾਡਾ
ਕੱਲ ਵੀ CM ਸਾਹਿਬ ਨੇ ਇੱਕੋ ਹੀ ਕਿਹਾ ਵੀ ਪੈਸੇ ਦੀ ਮੇਰੇ ਕੋਲ ਕੋਈ ਕਮੀ ਨਹੀਂ। ਔਰ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਆ, ਕਦੀ CM ਸਾਹਿਬ ਨੇ ਔਰ ਕਦੀ ਸਾਡੇ ਪੰਜਾਬ ਦੇ ਖਜ਼ਾਨਾ ਮੰਤਰੀ ਸਾਹਿਬ ਨੇ ਕਦੀ ਇਹ ਗੱਲ ਨਹੀਂ ਕਹੀ ਵੀ ਖਜ਼ਾਨਾ ਖਾਲੀ ਆ, ਕਦੀ ਵੀ ਨਹੀਂ ਕਿਹਾ। ਨਹੀਂ ਤਾਂ ਮਨਪ੍ਰੀਤ ਬਾਦਲ ਸਾਹਿਬ ਤਾਂ ਹਮੇਸ਼ਾ ਹੀ ਖਾਲੀ ਖਜ਼ਾਨਾ ਖਾਲੀ ਚੱਲੂਗਾ ਜੀ, ਐਨ ਠੋਕ ਵਜਾ ਕੇ ਚੱਲੂਗਾ। ਨਹੀਂ ਨਹੀਂ ਠੋਕ ਵਜਾ ਕੇ ਖਜ਼ਾਨਾ ਚੱਲੂਗਾ, ਠੋਕ ਵਜਾ ਕੇ ਇਲਾਕੇ ਦੀ ਡਿਵੈਲਪਮੈਂਟ ਕਰਾਵਾਂਗੇ ਔਰ ਆਉਣ ਵਾਲਾ ਜਿਹੜਾ ਟਾਈਮ ਆ ਤੁਸੀਂ ਆਪਣੇ ਆਪ ਤੁਹਾਨੂੰ ਨਜ਼ਰ ਆਊਗਾ। ਅੱਜ 3 ਤਾਂ ਪੰਚਾਇਤਾਂ ਕਰ ਗਈਆਂ, ਚੌਥਾ ਡਾਕਟਰ ਸਾਹਿਬ ਕਰ ਗਏ, ਨਾਲ ਉਹਨਾਂ ਦੀ ਸਮੁੱਚੀ ਟੀਮ ਕਰ ਗਈ ਡਾਕਟਰ ਕਮਲ ਹੋਣੀ, 100 ਦੇ ਕਰੀਬ ਤੁਹਾਡੇ ਸਾਹਮਣੇ ਨਜ਼ਰ ਆਉਂਦਾ। ਦੇਖੋ ਜੀ, ਮੈਂ ਉਹਦੇ ਬਾਰੇ ਕੁਛ ਨਹੀਂ ਕਹਿ ਸਕਦਾ, ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਆ, ਇਸ ਕਰਕੇ ਜਦੋਂ ਅਦਾਲਤ 'ਚ ਕੇਸ ਚੱਲੇ ਉਹਦੇ ਬਾਰੇ ਕੋਈ ਪੋਲੀਟੀਕਲ ਬਿਆਨ ਨਹੀਂ ਦੇਣਾ ਚਾਹੀਦਾ। ਅੱਜ ਹਲਕਾ ਨਵਾਂ ਸ਼ਹਿਰ ਦੇ ਵਿੱਚ ਸਾਡੇ ਹਲਕਾ ਇੰਚਾਰਜ ਬੱਲੂ ਪਾਠਕ ਜੀ ਦੀ ਅਗਵਾਈ ਦੇ ਵਿੱਚ ਸਾਡੇ 4 ਵਾਰ ਦੇ ਕੌਂਸਲਰ ਡਾਕਟਰ ਕਮਲ ਜੀ ਅਤੇ ਇਹਨਾਂ ਦੀ ਪੂਰੀ ਟੀਮ ਅਤੇ 3 ਪਿੰਡ ਦੀ ਜਿਹੜੀ ਸਰਪੰਚ ਅਤੇ ਪੂਰੀ ਪੰਚਾਇਤ ਜਿਨ੍ਹਾਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ। ਪਹਿਲਾਂ ਤਾਂ ਮੈਂ ਬੱਲੂ ਪਾਠਕ ਜੀ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ, ਜੋ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਅੱਜ ਸਾਡੇ ਵਾਧਾ ਹੋਇਆ, ਸਾਡੀ ਫੈਮਿਲੀ ਵੱਡੀ ਹੋਈ ਆ। ਅਤੇ ਜਿੱਥੇ ਮੈਂ ਇਹਨਾਂ ਨੂੰ ਵਧਾਈ ਦਿੰਦੀ ਹਾਂ, ਉੱਥੇ ਮੈਂ ਜਿਹੜੇ ਆਉਣ ਵਾਲੇ ਸਾਥੀ ਆ ਜਿਹਨੇ ਅੱਜ ਦੂਸਰੀਆਂ ਪਾਰਟੀਆਂ ਛੱਡ ਕੇ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਆਏ ਆ, ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ, ਜੀ ਆਇਆਂ ਕਹਿੰਦੇ ਹਾਂ। ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜਿਹੜੇ ਪਾਰਟੀ ਦੇ ਪ੍ਰਧਾਨ ਵੀ ਨੇ, ਉਹਨਾਂ ਵੱਲੋਂ ਪੂਰੀ ਸਮੁੱਚੀ ਲੀਡਰਸ਼ਿਪ ਵੱਲੋਂ ਅਸੀਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਅੱਜ ਜੋ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ, ਇਹਨਾਂ ਦਾ ਮਾਣ ਸਤਿਕਾਰ ਆ ਜਿਹੜਾ ਉਹਦੇ ਵਿੱਚ ਕਦੀ ਕਮੀ ਨਹੀਂ ਆਵੇਗੀ, ਇਹਨਾਂ ਦਾ ਪੂਰਾ ਮਾਣ ਸਤਿਕਾਰ ਕਰੇਗੀ ਆਮ ਆਦਮੀ ਪਾਰਟੀ। ਕਟੇ ਹੋਏ ਸੈੱਲਾਂ ਦਾ ਜ਼ਬਰਦਸਤ ਇਲਾਜ, ਇੱਕ ਪੁੜੀ ਖਾਓ 5 ਘੰਟੇ ਦੇ ਵਿੱਚ ਤੁਸੀਂ ਦੇਖੋਗੇ ਜ਼ਬਰਦਸਤ ਅਸਰ। ਮੋਬਾਈਲ 9873-79-499, ਫੀਸ ਸ਼ਰਧਾ ਅਨੁਸਾਰ ਦੇ ਕੇ ਇਲਾਜ ਕਰਾਓ। ਬਵਾਸੀਰ, ਸੈੱਲ ਕਟੇ ਹੋਣ, ਬਾਰ ਬਾਰ ਛਿੱਕਾਂ ਦਾ ਆਉਣਾ, ਪੁਰਾਣਾ ਟਾਈਫਾਇਡ, IBS, ਪੇਟ ਰੋਗ, ਸਗ੍ਰਹਿਣੀ, ਬਾਰ ਬਾਰ ਟੋਇਲਟ ਜਾਣਾ ਪਵੇ, ਚਮੜੀ ਰੋਗ, ਫੀਸ ਸ਼ਰਧਾ ਅਨੁਸਾਰ ਦੇ ਕੇ ਪੱਕਾ ਇਲਾਜ ਕਰਾਵੋ। ਔਰਤ ਮਰਦ ਗੁਪਤ ਰੋਗ ਮਾਹਰ ਖਾਨਦਾਨੀ ਵੈਦ ਕੈਂਥ ਗਰਜਾ 9873-79-499। ਔਰਤ ਮਰਦ ਗੁਪਤ ਰੋਗੋ ਕੇ ਮਾਹਰ ਖਾਨਦਾਨੀ ਵੈਦ ਦੇਸ਼ ਵਿਦੇਸ਼ ਮੇ ਮਸ਼ਹੂਰ ਕਸ਼ਮੀਰੀ ਲਾਲ ਕੈਂਥ, ਸੰਪਰਕ 9873-79-499, 9873-79-499 ਤੇ ਫੋਨ ਕਰਕੇ ਆਨਲਾਈਨ ਦਵਾਈ ਮੰਗਵਾਓ। ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ, ਸੰਪਰਕ 9873-79-499।